ਸਿਲਵਰ ਦੀ ਪਰਾਤ, ਕੌਲੀਆਂ, ਕੜਛੀ, ਗਲਾਸ, ਚਮਚੇ, ਬਾਟੀਆਂ ਬੂਟੀਆਂ ਦੀਆਂ ਕਾਫੀ ਕੁਛ ਖਰੀਦਿਆ। ਉਹਨਾਂ ਤੇ ਪੂਰੇ ਮੋਟੇ ਅੱਖਰਾਂ ਚ ਲਿਖਾਈ ਬੈਠਾ, ਮਾਲਕ ਪ੍ਰਾਂਤ ਸਿਲਵਰ ਦੀ ਰਕੇਸ਼ ਕੁਮਾਰ ਛੱਡਾ। ਉਸ ਤੋਂ ਬਾਅਦ ਕਈ ਭਲੇ ਮਾਨਸ ਬੰਦੇ ਜਿਹੜੇ ਥਾਣਾ ਚ ਜਾਂਦੇ ਆ, ਉਹਨਾਂ ਨੇ ਵੇਖਿਆ ਹੋਣਾ ਥਾਣੇ ਦੇ ਫਰੰਟ ਤੇ ਲਿਖਿਆ ਹੁੰਦਾ ਵੀ ਸਦਾ ਸੱਚੀ ਸਲਾਹ ਦਿਓ। ਉਸ ਤੋਂ ਬਾਅਦ ਉੱਥੇ ਇੱਕ ਛੋਟਾ ਜਿਹਾ ਪਟਾ ਪਿਆ ਹੁੰਦਾ ਵਿਗੜੇ ਤਿਗੜੇ ਨੂੰ ਠੀਕ ਕਰਨ ਵਾਸਤੇ, ਉਹਦੇ ਵੀ ਦੂਜੀ ਪਾਸੀ ਕੁਝ ਨਾ ਕੁਝ ਜ਼ਰੂਰ ਲਿਖਿਆ ਹੁੰਦਾ। ਇੱਕ ਪਾਸੇ ਲਿਖਿਆ ਹੁੰਦਾ ਆਲ ਮਿਲੋ ਸੱਜਣਾ, ਦੂਜੇ ਪਾਸੇ ਲਿਖਿਆ ਹੁੰਦਾ ਵੀ ਫੇਰ ਕੰਮ ਮਿਲੋਗੇ ਤੁਹਾਡੇ ਤੇ ਮੇਰਾ। ਸਭ ਤੋਂ ਪਹਿਲਾਂ ਨਵੀਂ ਗੱਡੀ ਤੇ ਡਰਾਈਵਰ ਆਪਣੀ ਵਾਰੀ ਤੇ ਲਿਖਾਉਂਦਾ, ਵਾਹਿਗੁਰੂ ਬੋਲ ਤੇ ਤਾਕੀ ਖੋਲ, ਤੇ ਪਿਛਲੇ ਪਾਸੇ ਲਿਖਾ ਦਿੰਦਾ ਹੱਡ ਪਿੱਛੇ ਫੇਰ ਮਿਲਾਂਗੇ। ਅਸੀਂ ਜੈਤੋ ਦੇ ਕੋਲੇ ਪਰੋਮ ਕਰਕੇ ਆਇਆ ਹੁਣੇ ਹੀ, ਤੇ ਸਾਡੇ ਇੱਕ ਮੂਹਰੇ ਟਰੱਕ ਤੁਰਿਆ ਆਉਂਦਾ ਸੀ, ਉਹਦੇ ਮਗਲੇ ਪਾਸੇ ਲਿਖਿਆ ਸੀ, ਅਸੀਂ ਪੜ੍ਹ ਕੇ ਬੜੇ ਖੁਸ਼ ਹੋਏ। ਉਹਦੇ ਮਗਲੇ ਪਾਸੇ ਲਿਖਿਆ ਸੀ ਖਾਧੀ ਆ ਤਾਂ ਭਜਾਲਾ, ਨਹੀਂ ਤਾਂ ਸਾਡੇ ਪਿੱਛੇ ਹੀ ਡਾਲਾ। ਦੇਖੀ ਜਾ ਸ਼ੇਰੀ ਨਾ ਪਾਸਣਾ ਨਾ। ਉਸ ਤੋਂ ਬਾਅਦ ਨਵੀਂ ਗੱਡੀ ਪੈਸਾ ਚੰਗਾ ਕਮਾਉਂਦੀ ਹੈ, ਪੈਸਾ ਉਹਦੇ ਤੇ ਲੱਗਦਾ ਕੋਈ ਨੀ, ਫਿਰ ਡਰਾਈਵਰ ਗੱਡੀ ਨੂੰ ਸ਼ਾਬਾਸ਼ ਦਿੰਦਾ, ਚੱਲ ਰਾਣੀ ਤੇਰਾ ਰੱਖ ਰੱਬ ਨਾ ਰੱਬ ਰੱਖ। ਉਸ ਤੋਂ ਬਾਅਦ ਜਦੋਂ ਗੱਡੀ ਥੋੜੀ ਜਿਹੀ ਪੁਰਾਣੀ ਹੋ ਜੇ, ਕੀ ਪੈਸਾ ਕਮਾਉਂਦੀ ਕੋਈ ਨੀ, ਪੈਸਾ ਇਹਦੇ ਤੇ ਲੱਗਦਾ ਬਹੁਤ ਹੈ, ਲੋਡ ਲੈ ਕੇ ਗਈ ਆ, ਪਤਾ ਨੀ ਸਵੇਰ ਤੇ ਪਹੁੰਚੀ ਹੋਣੀ ਆ, ਪਤਾ ਨੀ ਨਹੀਂ ਪਹੁੰਚੀ, ਪਤਾ ਨੀ ਵਾਪਸ ਆਊ ਜਾਂ ਨਾ ਆਊ, ਫਿਰ ਉਹਦੇ ਤੇ ਲਿਖਾ ਲੈਂਦਾ ਮਿਲੇਗਾ ਮੁਕੱਦਰ। ਆ ਜਦੋਂ ਅਸੀਂ ਮੇਨ ਰੋਡ ਤੋਂ ਜੰਗੀ ਵਾਲੇ ਨੂੰ ਮੁੜਨ ਲੱਗੇ, ਉੱਥੇ ਇੱਕ ਖੋਤੀ ਜਿਹੜੀ ਖੜੀ ਸੀ, ਖੜੀ ਪੱਠੇ ਤੋਂ ਨਿਕਲੀ ਸੀ, ਪਤਾ ਨੀ ਕਿੱਥੋਂ ਆਈ ਸੀ, ਉਹਦੇ ਮਗਲੇ ਪਾਸੇ ਲਿਖਿਆ ਸੀ ਸੁਣੀ ਨਾ ਛੱਡਿਆ ਕਰ ਵੀ ਮੈਨੂੰ ਖਤਰਾ ਹੋ ਗਿਆ। ਇਹ ਸੀ ਛੋਟੀ ਜਿਹੀ ਗੱਲ। ਆਪਾਂ ਗੀਤਾ ਦੇ ਨਾਲ ਨਾਲ ਛੋਟੀਆਂ ਛੋਟੀਆਂ ਗੱਲਾਂ ਪੜ੍ਹੇ ਲਿਖੇ ਵਾਲੀਆਂ ਵੀ ਇਸ ਤਰ੍ਹਾਂ ਹਾਸੇ ਮਜ਼ਾਕ ਵਾਲੀਆਂ ਵੀ ਕਰਦੇ ਰਹੇ। ਹੋ ਰਾਵੀ
ਸਾਹਿਬ ਜੀ ਖੁਸ਼ੀ ਮਾਮਨ ਜੀ ਉਹਨਾਂ ਦੇ ਨਾਂ ਤੇ ਭਾਈ ਜੀ ਸੌਰ ਜੀ ਸਾਡਾ ਮਾਣ ਕਰ ਰਹੇ ਨੇ। ਅਸੀਂ ਆਪਣੀ ਪਾਰਟੀ ਵੱਲੋਂ ਬਹੁਤ ਧੰਨਵਾਦੀ ਮਿਹਰਬਾਨੀ ਸ਼ੁਕਰੀਆ। ਬੰਦਾ ਬਾਹਰੋਂ ਕੰਮ ਕਾਰ ਕਰਕੇ ਆਉਂਦਾ, ਉਹ ਆਉਂਦੇ ਨੂੰ ਸੁੱਤੀਆਂ ਪਈਆਂ ਹੁੰਦੀਆਂ, ਧੁੱਪੇ ਖੇਸ ਲੈ ਕੇ 25 ਕੁ ਰੋਟੀਆਂ ਮੱਕੀ ਦੀਆਂ ਖਾ ਕੇ, ਸਰੋਂ ਦਾ ਸਾਗ ਬਾਲਟੀ ਲੱਸੀ ਦੀ ਪੀ ਕੇ, ਨੇਸਤੀ ਦੀਆਂ ਮਾਰੀਆਂ ਧੁੱਪੇ ਰਜਾਈ ਲੈ ਕੇ ਸੁੱਤੀਆਂ ਪਈਆਂ ਹੁੰਦੀਆਂ। ਆ ਕੇ ਬੰਦਾ ਬੋਲਦਾ ਭਾਗਵਾਨ ਨੇ ਰੋਟੀ ਪਾਏ ਨੀ, ਉਹ ਰੋਟੀ ਫਿਰ ਬੜੇ ਪਿਆਰ ਨਾਲ ਪਾਉਂਦੀ ਆ, ਥਾਲ ਢੱਕ ਕੇ ਰੋਟੀ ਢੱਕ ਕੇ ਸਾਗ ਢੱਕ ਕੇ ਲੱਸੀ ਢੱਕ ਕੇ ਸੋਨੇ ਗੰਢੇ ਢੱਕ ਕੇ, ਪਰ ਸੱਜੀ ਲੱਤ ਨਾ ਪਈਏ ਕਹਿੰਦੀਆਂ ਆਏ ਤੇ ਪਈਆਂ ਖਾਣਾ ਮਰਨਾ ਕੰਜਰਾ ਕਿੱਥੋਂ ਆਇਆ ਤੂੰ ਕਹਿਣ ਕਹਿਣ ਗਿਆ ਉਹਦੀ ਸੱਸ ਉਹਦੇ ਸਹੁਰੇ ਉਹਨੂੰ ਤਾਨੇ ਮਿਹਣੇ ਮਾਰਨ ਲੱਗ ਪੈਂਦੇ ਆ,
ਇਹ ਤਾਂ ਕੁੱਤਿਆਂ ਦੀ ਆ ਗਈ, ਇਹ ਤਾਂ ਖੱਤਿਆਂ ਦੀ ਆ ਗਈ, ਇਹ ਤਾਂ ਫਲਾਣਿਆਂ ਦੀ ਆ ਗਈ, ਇਹ ਤਾਂ ਬਾਂਹ ਜਾ ਆਪਣੇ ਤਾਂ ਬੂਟਾ ਹੀ ਹਰਾ ਨਹੀਂ ਹੋਣਾ। ਜੇ ਕਿਤੇ 20 ਸਾਲ ਬਾਅਦ ਮੈਂ ਬੇਨਤੀ ਕਰਦਾ, ਜੇ ਕਿਸੇ ਨੇ ਕੀਤੀ ਹੈ ਨਾ, ਉਹ ਪਿਆਰ ਨਾਲ ਚੁੱਪ ਕਰਕੇ ਬੈਠਣਾ, ਬਹੁਤ ਮਿਹਰਬਾਨੀ। ਜੇ ਕਿਤੇ 20 ਸਾਲ ਬਾਅਦ ਕੁੱਖ ਸਰਕਣੀ ਹੁੰਦੀ ਹੈ, ਮਹਾਰਾਜ ਨੂੰ ਮੰਨ ਕੇ, ਸੱਚੇ ਪਾਤਸ਼ਾਹ ਨੂੰ ਮੰਨ ਕੇ, ਖੰਡ ਪਾਠ ਕਰਾ ਕੇ, ਗੁਰਦੁਆਰੇ ਮੱਥੇ ਟੇਕ ਕੇ ਕੁੱਖ ਸਰਕਣੀ ਹੁੰਦੀ ਆ, ਲੜਕੀ ਪੈਦਾ ਹੋ ਜਾਂਦੀ ਹੈ, ਉਹ ਸੱਸ ਦੇ ਤੇਵਰ ਉਵੇਂ ਹੀ ਰਹਿੰਦੇ ਆ, ਉਹ ਫੇਰ ਨੀ ਹਟਦੀ। ਕਹਿਣੋ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਆਪਣੇ ਬੂਟਾ ਹਾਜ਼ਾ ਨਹੀਂ ਹੋਣਾ। ਇਹ ਜਾਕ ਜੰਮੇ ਆ ਤਾਂ ਕੁੜੀ ਜੰਮ ਕੇ ਰੱਖਤੀ, ਪਰ ਉਹ ਸੱਸ ਨੂੰ ਇਹ ਨੀ ਪਤਾ ਵੀ ਪਹਿਲਾਂ ਮੈਂ ਵੀ ਕਿਸੇ ਦੀ ਕੁੜੀ ਸੀ, ਉਸ ਤੋਂ ਬਾਅਦ ਕਿਸੇ ਦੀ ਨੂੰਹ ਬਣੀ, ਉਸ ਤੋਂ ਬਾਅਦ ਕਿਸੇ ਦੀ ਮਾਂ ਬਣੀ, ਉਸ ਤੋਂ ਬਾਅਦ ਕਿਸੇ ਦੀ ਸੱਸ ਬਣੀ, ਪਰ ਉਹ ਸੱਸ ਨੂੰ ਇਹ ਨੀ ਪਤਾ ਕਿਤੇ ਉਹ ਰੱਬ ਨੇ ਬਣੀ ਬਣਾਈ ਸੱਸ, ਕਿਤੇ ਇਹ ਮੋਰੀ ਦੀ ਸਾਰੀ ਥੱਲੇ ਤਲੇ ਚੜ੍ਹਤੀ। ਪੇਸ਼ ਕਰ ਲੱਗਾ ਹੋਇਆ ਕਿ ਜੇ ਧੀ ਜੰਪੀ ਜੈ ਦੇ ਗੀਤ ਸੁਣ ਕੇ ਰਾਜੀ ਹੋ, ਤਾਲੀ ਮਾਰੋ ਨਹੀਂ ਤਾਂ ਨਾ ਮਾਰਿਓ, ਬਹੁਤ ਮਿਹਰਬਾਨੀ, ਥੈਂਕ ਯੂ। ਸਾਡੇ ਬੱਲੇ ਦੀ ਮਾਈਕੇ ਉੱਤੇ ਬੱਲੇ ਭਰਾ ਦੀ ਗਾਲੀ ਆਏ ਸਾਹਿਬ ਪੰਜਾਬ ਪੇ ਲਾਏ ਸਾਡਾ ਮਾਣ ਕਰਦੇ ਨੇ, ਨਾਲੇ ਟੀਚਰ ਸਾਡੇ ਇਲਾਕੇ ਵੱਡੇ ਹੋਏ ਆ, ਜਦੋਂ ਅਸੀਂ ਜਾਣਾ ਹੁੰਦਾ ਅਸੀਂ ਸਪੀਕਰ ਆਏ ਨੂੰ ਸਾਰਿਆਂ ਨੂੰ ਜਾਣਦੇ ਵੀ ਕਿਹੜੇ ਇਲਾਕੇ 'ਚ ਕਿਹੜਾ ਸਪੀਕਰ ਵਧੀਆ, ਮੁਕਤਸਰ ਹੋਇਆ, ਅਬੋਹਰ ਹੋਇਆ, ਮਲੋਟ ਹੋਇਆ, ਗੰਗਾਨਗਰ ਹੋਇਆ, ਦੁਆਬਾ ਹੋਇਆ, ਸਾਨੂੰ ਸਾਰਿਆਂ ਦਾ ਪਤਾ ਵੀ ਸਪੀਕਰ ਕਿਹੜਾ ਕਰਨਾ। ਪਰਮਾਤਮਾ ਦਾ ਕੋਈ ਪਤਾ ਨੀ ਕਿਹਨੂੰ ਲਾ ਦਿੰਦਾ ਕਿਹਨੂੰ ਨਹੀਂ ਦਿੰਦਾ, ਕਈ ਲੱਖਾਂ ਪਤੀ ਕਰੋੜਾਂ ਪਤੀ ਭੌਂਕਦੇ ਫਿਰਦੇ ਆ, ਜਾ ਕੇ ਆਸ਼ਰਮ ਦੇ ਵਿੱਚੋਂ ਬੱਚੇ ਲੈ ਕੇ ਆਉਂਦੇ ਆ, ਪਰ ਬੱਚਾ ਪਤਾ ਨੀ ਕਿਹੋ ਜਿਹਾ ਨਿਕਲ ਜਾਂਦਾ ਕਿ ਜੁੱਤੀਆਂ ਹੀ ਮਾਰੀ ਜਾਂਦਾ ਵੱਡਾ ਹੋ ਕੇ। ਤੂੰ ਗੱਲ ਕਹਿਣ ਲੱਗਾ ਹੋਇਆ ਕੀ ਜੱਜੀ ਦਮ ਪਈ, ਪਰ ਕੁੱਖ ਤਾਂ ਸੁਲੱਖਣੀ ਹੋਈ, ਧੀਵੀ ਤਾਂ ਰਾਤ ਰੱਬ ਦੀ, ਹੋ ਧੀਵੀ ਤਾਂ ਰਾਤ ਰੱਬ ਦੀ, ਮੇਰੀ ਦੁਨੀਆ ਚੱਲੀ
ਪਾਏ ਤਾਜ ਦੇ ਰਿਵਾਜ ਨੇ। ਜੇ ਦਾਜ ਨਾ ਹੁੰਦਾ ਕਦੇ ਕੋਈ ਆਪਣੀ ਲੜਕੀ ਨੂੰ ਮਾਰਾ ਨਾ ਕਹਿੰਦਾ ਵੀ ਸਾਡੇ ਘਰੇ ਕੁੜੀ ਕਿਉਂ ਜੰਮਪੀ। ਕਰੋੜਾਪਤੀ ਬੰਦਾ ਹੋਵੇ ਕੋਈ ਪੈਸੇ ਢੇਲੇ ਦਾ ਕੋਈ ਪਤਾ ਹੀ ਨਾ ਹੋਵੇ ਕਿੰਨੀ ਹੈ, ਜਦ ਉਹਦੀ ਲੜਕੀ ਉਹਦੀ ਧੀ ਉਹਦੇ ਮੋਢੇ ਤੇ ਖਾਣ ਲੱਗ ਪੈਂਦੀ, ਫਿਕਰ ਖਾਣ ਲੱਗ ਪੈਂਦਾ, ਸਾਰਾ ਕੁਛ ਬਰਬਾਦ ਹੋ ਜਾਂਦਾ, ਆਪਣੀ ਸੋਚ ਖਤਮ ਹੋ ਜਾਂਦੀ ਹੈ। ਇਹ ਜਿਹੜੀ ਲੜਕੀ ਹੈ ਮੈਂ ਕਿੱਥੇ ਵਿਆਹੂ, ਪਤਾ ਨੀ ਕਿਹੋ ਜਿਹੇ ਅੱਗੋਂ ਮਿਲਣਗੇ। ਇਹ ਗੱਲ ਕਹਿਣਾ ਸਿਆਣੇ ਕਹਿੰਦੇ ਆ, ਮੈਂ ਨੀ ਕਹਿੰਦਾ। ਅੱਜ ਤੋਂ 50-60 ਸਾਲ ਪਹਿਲਾਂ ਵਿਆਹ ਹੁੰਦੇ ਸੀ, ਹੁਣ ਵਿਆਹ ਨਹੀਂ ਹੁੰਦੇ, ਹੁਣ ਵਿਆਹ ਨਹੀਂ ਹੁੰਦੇ, ਸੌਤੇ ਹੁੰਦੇ ਸੌਤੇ। ਕੁੜੀ ਨੂੰ ਦੇਖਣ ਜਾਂਦੇ ਆ, ਕੁਛ ਨੀ ਹੋਇਆ, ਇੱਧਰ ਦੇਖੋ ਬਾਬਾ ਜੀ, ਉੱਧਰ ਕੁਛ ਨੀ। ਕੁੜੀ ਨੂੰ ਦੇਖਣ ਜਾਂਦੇ ਆ, ਟਰੱਕ ਬੰਦੇ ਬੁੜੀ ਉਹਦਾ ਭਰ ਕੇ ਲੈ ਜਾਂਦੇ ਆ। ਇੱਕ ਬੁੜੀ ਲਾਜ਼ਮੀ ਪਿੰਡ ਚ ਚੁਗਲਖੋਰ ਜੀ ਹੁੰਦੀ ਆ, ਉਹ ਜਾ ਕੇ ਜਦੋਂ ਕੁੜੀ ਦੇਖਦੀ ਆ ਇੱਥੇ ਦੇ ਟਰੱਕ, ਉਹ ਹੀ ਕਹਿ ਦਿੰਦੀ ਆ ਕੁੜੀ ਦਾ ਰੰਗ ਵੀ ਕਾਲਾ, ਕੱਦ ਵੀ ਵੱਡਾ, ਛੱਡੀ ਮਾਰਦੀ ਆ 20-25। ਜਾਂ ਸਾਨੂੰ ਬੁਲਾ ਲਓ ਜਾਂ ਤੂੰ ਬੋਲ ਪਾਪਾ ਹੀ ਆ ਜਾ, ਮੈਂ ਜਾਂਦਾ। 20-25 ਹਜ਼ਾਰ ਰੁਪਇਆ ਖਰਚਾ ਕੇ ਘਰ ਨੂੰ ਮੁੜ ਜਾਂਦੇ ਆ। ਜੇ ਕਿਤੇ ਕੁੜੀ ਪਸੰਦ ਆ ਜੇ ਫਿਰ ਸੌਦਾ ਸ਼ੁਰੂ ਹੋ ਜਾਂਦਾ। 40 ਛਾਪਾਂ ਚਾਹੀਦੀਆਂ, 40 ਭੂਹੇ ਚਾਹੀਦੇ ਆ, ਫੁੱਫੜ ਨੂੰ ਕਰਾ ਚਾਹੀਦਾ, ਮਾਸੜ ਨੂੰ ਕਰਾ ਚਾਹੀਦਾ, ਫਲਾਂਜ ਨੂੰ ਉਹ ਕੁਛ ਚਾਹੀਦਾ, ਰੰਗੀਨ ਟੀਵੀ ਚਾਹੀਦਾ, ਇੱਕ ਫਰਿੱਜ ਚਾਹੀਦਾ, ਮੋਟਰਸਾਈਕਲ ਚਾਹੀਦਾ। ਮੈਂ ਤਾਂ ਇੱਕ ਗੱਲ ਕਹਿਣਾ ਹੁੰਦਾ, ਮੁੰਡਾ ਦੇਖਣ ਤੋਂ ਪਹਿਲਾਂ ਉਹਦੇ ਘਰੇ ਮੋਟਰਸਾਈਕਲ ਹੀ ਭੇਜ ਦਿਓ। ਜੇ ਤਾਂ ਮੋਟਰਸਾਈਕਲ ਸਾਲ ਚ ਬਚ ਗਿਆ ਫਿਰ ਤਾਂ ਠੀਕ ਹੈ, ਨਹੀਂ ਮੋਟਰਸਾਈਕਲ ਵੀ ਗਿਆ ਤੇ ਮੋਟਰਸਾਈਕਲ ਵੀ ਗਿਆ। ਤੂੰ ਗੱਲ ਕਹਿ ਰਿਹਾ ਸਾਲ ਜੀ।
ਬਾਬਿਆਂ ਕੋਲ
ਹਾਂ ਮੱਥਾ ਟੇਕ ਕੇ ਵਾਪਸ ਮੁੜਿਆ ਦੱਸਿਆ ਉਹਨਾਂ ਨੂੰ। ਇੱਕ ਵਾਰੀ ਬਾਈ ਜੀ ਗੁਰੂ ਅਮਰੀ ਨੂੰ ਸਹੁਰੀ ਆਪਦੇ ਨਾਲ ਲੈ ਗਿਆ, ਅਮਰੀ ਨੂੰ ਨਹੀਂ ਸਹੁਰਿਆਂ ਦੀ ਗੱਲ ਸੁਣਾ ਰਹੇ ਹਾਂ, ਕਿਉਂ ਅਸੀਂ ਜਾਂਦੇ ਵੀ ਰਹੇ ਹਾਂ ਉੱਥੇ। ਇੱਕ ਵਾਰੀ ਬਾਈ ਜੀ ਗੁਰੂ ਅਮਲੀ ਨੂੰ ਸਹੁਰੀ ਆਪਦੇ ਨਾਲ ਲੈ ਗਏ ਤੇ ਸਹੁਰਿਆਂ ਦੇ ਪਹੁੰਚ ਕੇ ਕਰੇ ਅਮਲੀ ਨੂੰ ਵਿਚਾਰੀ ਨੂੰ ਟੁੱਟੀ ਜੀ ਮੰਜੀ ਦੇ ਕੇ ਵਿਹੜੇ ਚ ਪਾ ਸਕੇ ਆਪ ਜਾਵੜੇ ਕਰਨ। ਖਾਣੇ ਦਾ ਹੋਗਾ ਟਾਈਮ, ਤੁਹਾਨੂੰ ਆਮ ਪਤਾ ਜਿੱਥੇ ਬੁੜੀਆਂ ਖਾਣਾ ਬਣਾਉਂਦੀਆਂ ਹੁੰਦੀਆਂ ਉੱਥੇ ਘਦੋਲੀ ਜੀ ਤੇ ਛੋਟੀਆਂ ਛੋਟੀਆਂ ਮੋਰੀਆਂ ਹੁੰਦੀਆਂ। ਅਮਲੀ ਉਹਨਾਂ ਮੋਰੀਆਂ ਥਾਂ ਨਹੀਂ ਝਾਕੀ ਜਾਂਦਾ, ਬਾਈ ਜਗਰੂਪ ਨੂੰ ਕੀ ਖਾਉਂਦੇ ਤੇ ਮੇਰੇ ਵਾਸਤੇ ਕੀ ਭੇਜਦੇ। ਬਾਈ ਜਗਰੂਪ ਵਾਸਤੇ ਚੌਲ ਬਣਾ ਕੇ ਨਾ ਵਿੱਚ ਖੱਟਾ ਦਾ ਰੰਗ ਪਾ ਕੇ ਜਰਦਾ ਬਣਾਤਾ, ਦੇਸੀ ਘਿਓ ਦੇ ਖੂਬ ਤੜਕੇ ਸੜਕੇ ਲਾ ਤੇ ਹੋਰ ਦੇਸੀ ਘਿਓ ਪਾਤਾ, ਖੰਡ ਪਾ ਦੀ, ਮੁੱਕਦੀ ਬਾਈ ਜਗਰੂਪ ਦੀ ਪਲੇਟ। ਉਹ ਅਮਲੀ ਉਹਨਾਂ ਮੋਰੀਆਂ ਥਾਂ ਨਹੀਂ ਦੇਖ ਕੇ ਕਹਿੰਦਾ, ਕਹਿੰਦਾ ਹਾਂ 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 ਸਵਾਦ ਹੀ ਆਜੂ, ਕਹਿੰਦਾ ਜੇ ਇਹ ਜਿਹਾ ਖਾਣਾ ਮੈਨੂੰ ਭੇਜਿਆ। ਉਹ ਅਮਲੀ ਵਾਸਤੇ ਵਿਚਾਰੇ ਵਾਸਤੇ ਪਹਿਲੀ ਸੁੱਖ ਪਕੇ ਤੇ ਚੌਲ ਦੇ ਕੱਢ ਕੇ ਰੱਖ ਲਏ। ਬਾਈ ਜਗਰੂਪ ਦਾ ਰਿਸ਼ਤੇਦਾਰ ਅਮਲੀ ਨੂੰ ਚੌਲ ਲਈ ਆਉਂਦਾ ਤੇ ਨਾਲ ਸ਼ੱਕਰ ਦੀ ਮੁੱਠੀ ਭਰੀ ਆਉਂਦਾ। ਅਮਲੀ ਮੂਹਰੇ ਚੌਲ ਰੱਖ ਕੇ ਤੇ ਉੱਤੇ ਪਾਤੀ ਸ਼ੱਕਰ ਦੀ ਮੁੱਠੀ ਰੱਖ ਕੇ ਮੁੜਨ ਲੱਗਿਆ, ਅਮਲੀ ਨੇ ਉਦੋਂ ਹੀ ਰੌਲਾ ਪਾ ਲਿਆ, ਕਹਿੰਦਾ ਮਾਂ ਚੋ ਲੁੱਟ ਲੈ ਖਾ ਲਓ, ਗੁਆਂਢੀ ਵੀ ਇਕੱਠੇ ਕਰ ਲਿਆ। ਬਾਈ ਜਗਰੂਪ ਕਹਿੰਦਾ ਕੋਈ ਅਮਲੀਆ ਕੀ ਗੱਲ ਹੋ ਗਈ ਰੌਲਾ ਪਾਤਾ? ਉਹ ਕਹਿੰਦਾ ਬਾਈ ਜਗਰੂਪ ਸਿਆ ਚੌਲਾਂ ਚ ਕੁਛ ਬਣ ਗਿਆ। ਉਹ ਕਹਿੰਦਾ ਯਾਰ ਹੁਣ ਤਾਂ ਰੱਖ ਕੇ ਮੁੜ ਲੱਗਿਆ, ਚੌਲਾਂ ਚ ਕੀ ਬਣਨਾ ਸੀ? ਕਹਿੰਦਾ ਬਾਈ ਮੈਂ ਮਰੀ ਜਾਂਦਾ ਵੇਖਿਆ, ਕਹਿੰਦਾ ਖਾਣਾ ਯਾਰ ਇਵੇਂ ਰੌਲਾ ਨੀ ਪਾਈਦਾ ਹੁੰਦਾ। ਬਾਈ ਜਗਰੂਪ ਦੇ ਰਿਸ਼ਤੇਦਾਰ ਨੇ ਚਮਚਾ ਲਿਆਂਦਾ ਤੇ ਚਮਚੇ ਨਾਲ ਚੌਲ ਫਰੋਲਣ ਲੱਗ ਗਏ। ਚੌਲ ਫਰੋਲ ਦੇ ਚੌਲਾਂ ਚੋਂ ਕੋਈ ਨਿਕਲਦਾ ਸੀ? ਉਹ ਕਹਿੰਦੇ ਅਮਲੀਆ ਕੋਈ ਇਹਨੇ ਖੱਪ ਪਾਈ ਹੈ, ਚੌਲਾਂ ਚ ਕੱਖ ਵੀ ਨਹੀਂ ਹੈ। ਉਹ ਕਹਿੰਦਾ ਬਾਈ ਜਗਰੂਪ ਜੇ ਚੌਲਾਂ ਚ ਕੱਖ ਪਾਇਆ ਹੁੰਦਾ ਮੈਂ ਕੋਈ ਰੌਲਾ ਪਾਉਂਦਾ, ਤੁਸੀਂ ਤਾਂ ਚੌਲਾਂ ਚ ਪਾਇਆ ਹੀ ਕੱਖ ਨਹੀਂ। ਮਿਹਰਬਾਨੀ, ਸ਼ੁਕਰੀਆ। ਇਹ ਜੀ ਤੁਹਾਡੀ ਗੱਲ ਨਮਰਦਾਰ ਸਾਹਿਬ ਗੁਰੂ ਸਰ ਤੋਂ ਸਾਡੇ ਕਲਾਸ ਫੈਲੋ, ਅਸੀਂ ਇਕੱਠੇ ਦਸਵੀਂ ਤੱਕ ਪੜ੍ਹੇ ਹਾਂ। ਉਹ ਪਿਛਲੇ ਪਾਸੇ ਬੈਠਾ, ਪੰਜਾਹ ਰੁਪਏ ਸਾਡਾ ਮਾਣ ਕਰ ਰਿਹਾ। ਅਸੀਂ ਉਹ ਵੈਸੇ ਹੈ ਸਭ ਤੋਂ ਛੋਟਾ, ਭਾਵੇਂ ਚਿੱਟਾ ਹੀ ਹੋ ਗਿਆ। ਬਹੁਤ ਮਿਹਰਬਾਨੀ, ਸ਼ੁਕਰੀਆ। ਲਓ ਇਹਦੇ ਨਾਲ ਬਹੁਤ ਜ਼ਿਆਦਾ ਫਰਮਾਇਸ਼ ਹੈ, ਉਹ ਸਿਰਫ ਥੋੜ੍ਹਾ ਜਿਹਾ ਸੁਣਾਉਣਾ, ਬਹੁਤ ਮਜ਼ਬੂਰ ਕੀਤਾ ਉਹਨਾਂ ਨੇ ਵੀ ਜ਼ਰੂਰ ਸੁਣਾ, ਭਾਵੇਂ ਦੋ ਜਾਣਾ ਸੁਣਾ ਦਿਓ। ਅੱਧਾ ਕੀ ਗੀਤ ਸੁਣਾਉਣਾ ਹੈ ਉਹ ਪੇਸ਼ ਕਰ ਦੇਗੇ ਸ਼੍ਰੀ ਕਦੀ ਮਾਨ ਜੀ। ਲਓ ਚੱਲ ਮੇਰੀ ਜੰਗਲੀ ਚਰਖੀ ਨਿਤ ਤੰਦ ਤੇਰੇ ਕਿਤੇ ਮਾਹਰੀ ਦਾਂਤੀਆ ਰੰਗਪੁਰ ਕੇ ਕਿਤੇ ਮਾਹਰੀ ਦਾਂਤੀਆ ਤੂੰ ਰੰਗਪੁਰ ਕੇ ਬਹੁਤ ਸਾਰਾ ਮਾਣ ਕਰ ਰਹੇ ਨੇ, ਅਸੀਂ ਧੰਨਵਾਦੀ ਹੈ। ਮਿਹਰਬਾਨੀ ਚੜ੍ਹ ਕੇ
ਰਾਤ ਤੋਂ ਵੀ ਮੈਨੂੰ ਸ਼ਾਮ ਸਵੇਰੇ ਕਿਤੇ ਮਾਰੀ ਰਾਂਝਿਆ ਤੂੰ ਰੰਗ ਪੁਰ ਕੇ ਕਿਤੇ ਮਾਰੀ ਰਾਂਝਿਆ ਤੂੰ ਰੰਗ ਪੁਰ ਕੇ ਪੱਗ ਵਟਾਉਣੀ ਕਾਫੀ ਨਹੀਂ
ਪੱਗ ਬਿਟਾ ਲਈ। ਜੇ ਪੱਗ ਬਿਟਾ ਕੇ ਬੰਦਾ ਜੇ ਘਰੇ ਨਾ ਹੋਵੇ, ਘਰੇ ਜਾਣਾ ਹੋਵੇ, ਜਾ ਕੇ ਦਰਵਾਜ਼ੇ ਚ ਖੜਜੇ, ਬਾਈ ਘਰੇ ਹੈਗਾ ਨਹੀਂ ਹੈਗਾ, ਸਿੱਧਾ ਚੁੱਲ੍ਹੇ ਤੇ ਵੱਜੇ। ਭਾਬੀ ਮੈਂ ਤੇਰੀ ਖਾਤਰ ਹੀ ਆਇਆ ਸੀ ਬਾਈ, ਦਾ ਤਾਂ ਕੋਈ ਗੱਲ ਹੀ ਨਹੀਂ। ਤੂੰ ਗੱਲ ਕਹਿਣ ਲੱਗਾ ਉਹ ਚਾਹ ਠੀਕ ਹੈ।
ਪਾਵੇ ਕੋਈ ਮਿੱਤਰ ਤੇ ਪਾਠਾ ਵਟ ਕੰਢੀ ਪੈ ਜਾਂਦਾ ਦੁਨੀਆਦਾਰੀ ਨੂੰ ਲੋੜ ਪਈ ਤਾਂ